ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ? ਠੀਕ ਹੋ? ਅਸੀਂ ਜਨਾਬ ਅੱਜ ਘੁੰਮ ਫਿਰ ਰਹੇ ਹਾਂ ਜੇਹਲਮ ਸ਼ਹਿਰ ਦੇ ਵਿੱਚ। ਜੇਹਲਮ ਆਏ ਹਾਂ, ਜੇਹਲਮ ਤੋਂ ਜਨਾਬ ਵਾਪਸੀ ਅਸੀਂ ਕਰ ਰਹੇ ਹਾਂ ਆਪਣਾ ਡੀਗੇ ਸ਼ਹਿਰ ਨੂੰ। ਅਤੇ ਅੱਜ ਮੌਸਮ ਬਹੁਤ ਹੀ ਪਿਆਰਾ, ਬਹੁਤ ਹੀ ਖੂਬਸੂਰਤ ਮੌਸਮ ਹੈ, ਬੜਾ ਹੀ ਜ਼ਬਰਦਸਤ। ਅਤੇ ਬਹੁਤ ਹੀ ਜਨਾਬ ਇਕੱਲੇ ਹੀ ਸਫ਼ਰ ਕਰ ਰਹੇ ਹਾਂ ਜਨਾਬ, ਨਾਲ ਕੋਈ ਬੰਦਾ ਨਹੀਂ ਹੈ। ਆਰਾਮ ਸਕੂਨ ਨਾਲ ਗੱਡੀ ਲੈ ਕੇ ਜਾ ਰਹੇ ਹਾਂ। ਇੱਥੇ ਰਾਹ 'ਚ ਮੇਜਰ ਸਾਹਿਬ ਦੀ ਚਾਟ ਆਉਂਦੀ ਹੈ ਜਨਾਬ, ਬਹੁਤ ਹੀ ਅੱਛੀ ਉਹ ਬਣਾਉਂਦੇ ਨੇ, ਬੜੇ ਮਕਬੂਲ ਪੈਸੇ ਲੈਂਦੇ ਨੇ, ਬੜੇ ਮੁਨਾਸਬ ਪੈਸਿਆਂ ਦੇ ਵਿੱਚ ਉਹ ਜਨਾਬ। ਤਕਰੀਬਨ ਇੱਕ ਪਲੇਟ ਜਿਹੜੀ ਦੋ ਕੁ ਬੰਦੇ ਆਰਾਮ ਸਕੂਨ ਨਾਲ ਖਾ ਲੈਂਦੇ ਨੇ। ਅੱਜ ਬਹੁਤ ਹੀ ਜ਼ਬਰਦਸਤ ਮੌਸਮ ਹੋ ਗਿਆ, ਗਰਮੀ ਵੀ ਤਬਾਹੀ ਦੀ ਪੈ ਰਹੀ ਹੈ। ਬੰਦੇ ਜਨਾਬ ਜਾ ਰਹੇ ਨੇ ਮੋਟਰਸਾਈਕਲਾਂ 'ਤੇ, ਗੱਡੀਆਂ 'ਤੇ, ਰਸ਼ਕੀਆਂ 'ਤੇ, ਸਫ਼ਰ ਸਫ਼ੁਰ ਕਰਦੇ। ਵਾਹ ਕਿਆ ਬਾਤ ਹੈ ਜੀ! ਇਹ ਜਨਾਬ ਉਹ ਗੱਡੀ ਹੈ ਚੰਗਾਨ ਟੋਟਾ ਦੋਵੇ ਇਕੱਠੇ ਸ਼ੋਰੂਮ, ਜਿੱਥੋਂ ਗੱਡੀ ਲਈ ਸੀ ਜਨਾਬ 2022 ਦੇ ਵਿੱਚ। 2022 ਦੇ ਵਿੱਚ ਗੱਡੀ ਇੱਥੋਂ ਲਈ ਸੀ ਚੰਗਾਨ, ਮੇਰੇ ਖਿਆਲ ਨਾਲ 8-9 ਮਹੀਨੇ ਰੱਖੀ ਸੀ, ਫਿਰ ਅਸੀਂ ਵੇਚ ਛੜੀ ਜੀ। ਅੱਛੀ ਗੱਡੀ ਹੈ, ਉੱਥੋਂ ਦੀਆਂ ਕੀਮਤਾਂ ਵੀ ਢੇਰ ਸਾਰੀਆਂ ਉੱਤੇ ਟੁੱਟ ਗਈਆਂ ਨੇ। ਬੜਾ ਹੀ ਜਨਾਬ ਖੂਬਸੂਰਤ ਮੌਸਮ ਹੈ, ਜ਼ਬਰਦਸਤ। ਜੇਹਲਮ ਸ਼ਹਿਰ ਅਸੀਂ ਕ੍ਰਾਸ ਕਰ ਰਹੇ ਹਾਂ। ਇੱਥੋਂ ਮੇਰੇ ਖਿਆਲ ਨਾਲ ਹੀ ਯੂਟਰਨ ਆ ਰਿਹਾ ਵੀ, ਯੂਟਰਨ ਤੋਂ ਜਨਾਬ ਨਹੀਂ ਹੈ, ਮੇਰੇ ਖਿਆਲ ਫਾਟਕ ਕ੍ਰਾਸ ਕਰ ਰਿਹਾ ਸੀ। ਬਿਲਕੁਲ ਫਾਟਕ ਕ੍ਰਾਸ ਕਰਕੇ ਆ ਗਿਆ ਜੀ ਜੇਹਲਮ ਸ਼ਹਿਰ। ਇੱਥੇ ਰੋਡ 'ਤੇ ਆਪ ਹੀ ਬਚਣ ਵਾਲਾ, ਕੋਈ ਬੰਦਾ ਬਚਾਉਣ ਵਾਲਾ ਨਹੀਂ ਹੈ ਇੱਥੇ। ਜਿਹਦਾ ਜਿੱਥੋਂ ਦਿਲ ਕਰਦਾ ਟੀ ਟੀ ਕਰਦਾ ਗੱਡੀ ਆਪਣੀ ਲੈ ਆਉਂਦਾ, ਰਸ਼ਕਾ ਮੋਟਰਸਾਈਕਲ ਜੋ ਵੀ ਹੈ। ਇੱਥੇ ਬੰਦੇ ਕੋਈ ਨਹੀਂ ਜਨਾਬ ਕਿਸੇ ਦਾ ਵੇਖਦੇ ਤੱਕਦੇ, ਇਹ ਰੋਡ 'ਤੇ ਆਪ ਹੀ ਬਚਣਾ ਅਤੇ ਅੱਲਾ ਹੀ ਬਚਾਉਣਾ ਤੁਹਾਨੂੰ। ਹਰ ਪਾਸੇ ਵੇਖ ਲਓ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੈ ਜਨਾਬ, ਪੰਪ ਸ਼ੰਪ ਜੇ ਵੋ ਲਟਰ ਮਟਰ ਪਲਾ ਦੇ ਚਲਾ ਦੇ, ਟਨ ਟਨ ਹੋ ਰਹੀ ਆ ਸ਼ਾਇਦ ਹੀ ਇੱਥੇ ਆ ਚੱਲੇ। ਬਾਬਾ ਜੇਹਲਮ ਵਾਲਾ ਕਿੱਧਰ ਗਿਆ? ਓਏ ਬਾਬੇ ਜੇਹਲਮ ਵਾਲੇ ਆ, ਜੇਹਲਮ ਦੀ ਚਾਟ ਬਹੁਤ ਮਸ਼ਹੂਰ ਹੈ ਇਸ ਬੰਦੇ ਦੀ, ਲੇਕਿਨ ਇਹਦਾ ਮੁਕਾਬਲਾ ਮੰਡੀ ਪਾਬੰਦੀ ਵਾਲਿਆਂ ਨਾਲ ਨਹੀਂ ਕਰ ਸਕਦੇ। ਇਹ ਜਨਾਬ ਕੁਆਂਟਿਟੀ ਚਾਟ ਦੀ ਜ਼ਿਆਦਾ ਦਿੰਦੇ ਨੇ, ਲੇਕਿਨ ਟੇਸਟ ਇਹਨਾਂ ਦਾ ਆਪਣੀ ਜਗ੍ਹਾ ਠੀਕ ਹੈ ਅਤੇ ਉਹਨਾਂ ਦਾ ਆਪਣੀ ਜਗ੍ਹਾ ਠੀਕ ਹੈ, ਲੇਕਿਨ ਇਹ ਉਹਨਾਂ ਦਾ ਟੇਸਟ ਕਾਫੀ ਅੱਛਾ ਹੈ। ਅਤੇ ਹੁਣ ਜਨਾਬ ਅਸੀਂ ਆ ਗਏ ਸੜਕ ਦੇ ਉੱਤੇ ਹੀ ਨਾ, ਜੇਹਲਮ ਸ਼ਹਿਰ ਦੇ ਵਿੱਚ ਤਬੂਕਨਾਂ ਤਲਾਂ ਆਈਆਂ ਨੇ, ਔਰ ਮੇਜਰ ਕੀ ਸ਼ਾਨਦਾਰ ਫਰੂਟ ਚਾਟ। ਫਰੂਟ ਚਾਟ ਵੀ ਦਿੰਦੇ ਨੇ, ਪਾਪੜੀ ਚਾਟ ਵੀ ਦਿੰਦੇ ਨੇ, ਦਹੀਂ ਭੱਲੇ ਵੀ ਦਿੰਦੇ ਨੇ, ਅਤੇ ਜੂਸ ਜੂਸ ਵੀ ਇਹਨਾਂ ਰੱਖੇ ਹੁੰਦੇ ਨੇ ਫਰੈਸ਼, ਸਮੋਸਾ ਚਾਟ ਵਗੈਰਾ ਵਗੈਰਾ। ਆਰਡਰ ਕੀਤਾ ਜਨਾਬ ਇਸ ਬੰਦੇ ਨੂੰ, ਮੈਂ ਕਿਹਾ ਲੈ ਲਾ ਜੀ ਲੈ ਕੇ ਆਓ, ਹਾਂ ਜ਼ਰਾ ਚੈੱਕ ਕਰੀਏ ਕੈਸੀ ਚਾਟ ਹੈ ਤੁਹਾਡੀ। ਅਤੇ ਇਹ ਇਹਨਾਂ ਦੀ ਇੱਕ ਹੋਰ ਗੱਲ ਹੈ, ਫੌਰਨ ਮੌਕੇ 'ਤੇ ਚਾਟ ਬਣਾਉਂਦੇ ਨੇ ਜਿਹਾ। ਸਵਾਦ ਮੇਰਾ ਚਾਟ ਦਿਖਾਈਏ, ਬਾਕੀ ਕੰਮ ਬਾਤ ਦੇ। ਹਾਂਜੀ ਸਰਕਾਰ ਚੈੱਕ ਕਰੋ ਕੈਸੀ ਜਨਾਬ ਲੋਡਡ, ਕਿਆ ਬਾਤ ਹੈ, ਵਾਹ ਮਜ਼ੇ ਫੁੱਲ ਹੈ ਜਨਾਬ। ਹੁਣ ਚਾਟ ਬਹੁਤ ਮਜ਼ੇ ਦੀ ਹੈ, ਹੁਣ ਖਾ ਕੇ ਤੁਹਾਨੂੰ ਦੱਸਦੇ ਹਾਂ ਫਿਰ ਅਸੀਂ ਕੀ ਟੇਸਟ ਇਹਦਾ। ਇਹ ਜਨਾਬ ਵੇਖਣ 'ਚ ਬਹੁਤ ਹੀ ਮਜ਼ੇਦਾਰ ਲੱਗ ਰਹੀ ਹੈ, ਇਹ ਵੀ ਚਾਟ ਬਹੁਤ ਮਜ਼ੇ ਦੀ ਹੈ ਦੇਖੀ, ਇਹਨੂੰ ਮੰਡੀ ਵਾਲੇ ਚਾਟ ਨਾ ਕਹਿੰਦੇ। ਰੇਟ ਵਾਹਵਾ ਬੜੀ ਬਣਾਉਂਦੇ ਨੇ, ਮੰਡੀ ਵਾਲੇ ਚਾਟ ਥੋੜ੍ਹੀ ਦਿੰਦੇ ਨੇ, ਲੇਕਿਨ ਠੀਕ ਹੈ, ਇਹਦਾ ਆਪਣਾ ਟੇਸਟ ਹੈ, ਆਪਣਾ ਟੇਸਟ ਹੈ। ਅਰੇ ਤੁਸੀਂ ਤਾਂ ਨਹੀਂ ਨਾ ਦੇ ਸਕਦੇ ਆ, ਚਾਟ ਖਾਣੇ ਤੋਂ ਬਾਅਦ ਜਨਾਬ ਅਸੀਂ ਆਪਣਾ ਸਫ਼ਰ ਸ਼ੁਰੂ ਕਰ ਲਿਆ, ਫਿਰ ਵਾਪਸੀ ਦੀ ਤਰਫ ਲਾਹੌਰ ਗੁਜਰਾਤ ਅਤੇ ਜੇਹਲਮ ਸ਼ਹਿਰ ਕ੍ਰਾਸ ਕਰਦੇ ਹੋਇਆ। ਆਰਾਮ ਸਕੂਨ ਦੇ ਨਾਲ ਅਸੀਂ ਜਨਾਬ ਗੱਡੀ ਮੰਡ ਰੱਖੀ ਹੈ। ਫਿਰ ਵੇਖੋ ਜਨਾਬ ਕਿਤਨੇ ਖੂਬਸੂਰਤ ਨਜ਼ਾਰੇ, ਵਾਹ ਕਿਆ ਬਾਤ ਹੈ ਜੀ ਜੇਹਲਮ ਸ਼ਹਿਰ ਦੀਆਂ, ਕਿਆ ਬਾਤਾਂ ਜੀ, ਕਿਆ ਬਾਤਾਂ ਜੇਹਲਮ ਸ਼ਹਿਰ ਦੀਆਂ, ਕਿਆ ਬਾਤਾਂ ਹੈ, ਵਾਹ। ਇਹ ਚੌਕ ਆ ਗਿਆ ਜੀ ਜੇਹਲਮ ਚੌਕ, ਹੋਸਪਿਟਲ ਤਸੀ ਡਿਸਟ੍ਰਿਕਟ ਜੇਹਲਮ ਗੁਜਰਾਤ,
क्या बात है जी, क्या बात है, बहुत ही ज़बरदस्त, बड़े सुकून दे सफ़र करते हैं जनाब। असी जा रही हैं, चाट खाधी है, बहुत ही मज़ा आया है। अगू देर लेके जनाब अत्तों वाली नहर तो आके जलेबियाँ लभ जाए, जलेबियाँ बहुत ही ज़बरदस्त होंदिया ने। वेखो हूँ फिर साढ़े आवों तक जलेबियाँ लभदिया भी है कि ना, कहातम भी हो जाए ने। जा रहे हैं फिर असं आराम सुकून के नाल, टीं 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 करते अगे मेरे ना टूल प्लाजा आ रहा। टूल प्लाजे तो बाद फिर आज का सराय आलमगीर, सराय आलमगीर तो बाद खारियाँ, तो खारियाँ तो बाद डिंगा शहर। कितनी प्यारी माशाल्लाह खूबसूरत मस्जिद है जी, वेखो वाह जबरदस्त स्केचर। इतने एक मोटरसाइकिल वाला उन्हें जनाब पूरी 440 की स्पीड बनाई है, टीं टीं करता जा रहा है, पूरा F-16 जहाज बनाया उन्हें, क्या बात है। यह आ गया जनाब जेलम कैंट चौक के छावनी चौक, जड़ा भी आखते हैं कैंटे छावनी है, नाल पर फौजिया दी ने सारे सिस्टम जाम जी। कैंट आ रहा जेलम कैंट, यह आ गया साढ़ा जेलम का जनाब टूल प्लाजा। बड़ी महंगाई हो गई है पर इन्हें अपना रेट नहीं बताया। परिंदे जनाब अपने घर वापस जा रहे ने, असं भी अल्लाह के हुक्म नाल वापस ही जा रहे हैं। जनाब सोरा सोना शहर सराय आलमगीर आ गया जनाब, सराय आलमगीर शहर। बहुत ही बिजी रोड है, अभी बड़ी ट्रैफिक होती है इतने, बहुत ही ज़बरदस्त, इतने भी रश काफ़ी आता है। असल बंद ने जो तजावजात किए ने बहर, वेखो ना गड्डिया पार्किंग गलत लाइया ने, अद्धा रोड देना गड्डिया लिया मार लिया, अद्धा रोड फटिया लिया मार लिया, अद्धा रोड ना छावा वेखो जनाब कितने आई ने। गलबात ही कोई नहीं, जिदा जिथे दिल करता उन्हें अपना निज़ाम चलाए है। प्लाजा बना के तो जनाब 10 फुट जगह जड़ी सड़क दी भी मिली है, अभी सड़क के अगर रश्के वालिया मार ली है गड्डिया, इतने काफ़ी ज़्यादा रश होता है, बहुत ही जड़ा ना रश। बहरहाल जी ठीक है, अच्छा प्यारा शहर है सराय आलमगीर, बहुत ही ज़बरदस्त है, खूबसूरत है बड़ा। आ गया रे भाई साढ़ा खारियाँ, वेलकम टू खारियाँ ACE, खारियाँ पबी रख पबी सरकार, और रख पबी सरकार, भाई ड्रीम सिटी भी आ गई जे, ओए भाई ड्रीम सिटी आ गया जनाब। असी खारियाँ शहर दे विच नेड़े लग गए हैं, बस ये आ गया जी अपना साड़ी केक एंड बेक बेकरी। इतने सर्दियाँ चा के गजरेला खाई जाता सी राती, बहुत ही जबरदस्त इन्हों का गजरेला है जनाब, बहुत ही जबरदस्त लड्डू इन्हें स्पेशल बहुत अच्छे होंगे ने, बहुत ही प्यारे जनाब लड्डू, तो गजरेला भी इन्हों का बहुत ही टेस्टी होंगे। हूँ असी अपने डिंगे शहर वाल मूँह कर लिया गड्डी का, चल वाल आ रही है अपने शहर। ये आ गया जनाब साडा डिंगा शहर सरगोधा डिंगा मंडी।